ਮੂਵੀ ਕਿਦਾਂ ਲੱਗੀ ਤੁਹਾਨੂੰ ਵਧੀਆ ਕੈਮ ਸੀਗੀ ਮੂਵੀ ਦਾ ਸਿਰਾ ਤੁਹਾਨੂੰ ਸਭ ਫੇਵਰੇਟ ਕੈਰੈਕਟਰ ਕਿਹੜਾ ਸੀਗਾ ਮੂਵੀ ਕੀ ਨਾਮ ਹੈ ਪੱਲਾ ਸਭ ਤੋਂ ਵਧੀਆ ਐਕਟਿੰਗ ਕਿਹਦੀ ਲੱਗੀ ਸਭ ਤੋਂ ਵਧੀਆ ਐਕਟਿੰਗ ਸਰਦਾਰ ਦੀ ਜਸਵਿੰਦਰ ਭੱਲੇ ਦੀ ਮੂਵੀ ਦੇਖ ਕੇ ਕਿਦਾਂ ਫੀਲ ਹੋ ਰਿਹਾ ਉਹ ਬੜੀਆ ਲੱਗੀ ਮੇਰੇ ਬਹੁਤ ਬੜੀਆ ਮਜ਼ਾ ਭਾਈ ਬਹੁਤ ਵਧੀਆ ਮੂਵੀ ਮਜ਼ਾ ਆ ਗਿਆ ਸਵਾਦ ਆ ਗਿਆ ਸਭ ਤੋਂ ਸੋਹਣਾ ਕੈਰੈਕਟਰ ਕਿਹਦਾ ਲੱਗਿਆ ਭਾਜੀ ਕੈਰੈਕਟਰ ਸਾਰੇ ਵਧੀਆ ਸੀ ਪਰ ਜਿਹੜਾ ਹਾਸਾ ਪਾਇਆ ਭੱਲਾ ਹੀ ਨੇ ਮਜ਼ਾ ਆ ਗਿਆ ਭਾਈ ਮੂਵੀ ਦੇਖ ਕੇ ਕਿਵੇਂ ਲੱਗੀ ਤੁਹਾਨੂੰ ਬਹੁਤ ਵਧੀਆ ਲੱਗੀ ਯਾਰ ਆ ਗਿਆ ਨਾਈਸ ਮੂਵੀ ਭਾਜੀ ਸਭ ਤੋਂ ਸੋਹਣੀ ਚੀਜ਼ ਮੂਵੀ 'ਚ ਕੀ ਲੱਗੀ ਸਭ ਤੋਂ ਸੋਹਣਾ ਭੱਲਾ ਜੀ ਦਾ ਰੋਲ ਲੱਗਿਆ ਭੱਲੇ ਦੀ ਵੈਰੀ ਨਾਈਸ ਟਿਲ ਐਂਡ ਤੱਕ ਨਾ ਉਸ ਵਿੱਚ ਜੋ ਕਾਮੇਡੀ ਦਾ ਜੋ ਐਂਟਰਟੇਨਮੈਂਟ ਥਾ ਨਾ ਉਹ ਕੰਪਲੀਟ ਪੂਰਾ ਕੰਪਲੀਟ ਵੈਰੀ ਨਾਈਸ ਕਿੱਦਾਂ ਲੱਗਿਆ ਬਹੁਤ ਵਧੀਆ ਮੂਵੀ ਆਈ ਥਿੰਕ ਮੈਂ ਤਾਂ ਸ਼ਾਇਦ ਕੱਲ ਦੁਬਾਰਾ ਦੇਖਣ ਆਵਾਂਗਾ ਪਹਿਲੀ ਮੂਵੀ ਹੈ ਜਿਹੜੀ ਮੈਂ ਸਭ ਤੋਂ ਵਧੀਆ ਦੇਖੀ ਹੈ ਇਹ ਐਵਰੀਬਾਡੀ ਇਜ਼ ਗੁੱਡ ਐਵਰੀਬਾਡੀ ਜਸਵਿੰਦਰ ਬੱਲਾ ਆਰਡੀ ਸੰਧੂ ਪੱਟੂ ਆਪਣੇ बहुत बढ़िया बहुत ही बढ़िया सुपर डुपर है मस्ट वॉच मूवी है एंड नॉट वन टाइम 2, 3, 4 जितनी बार देखो उतना मजा आएगा बट फन किया हमने बहुत एंजॉय किया हमने बहुत बहुत अच्छी मूवी है एंड सी 11 ਦੇ ਕੈਚੋ ਵਿੱਚ ਦ ਸਟਾਰ ਕਾਸਟ ਵੈਰੀ ਗੁੱਡ ਬਹੁਤ ਅੱਛੀ ਪਿਕਚਰ ਬਹੁਤ ਵਧੀਆ ਜੀ ਸਾਰਿਆਂ ਦਾ ਦੋਸਤ ਇਕੱਠੇ ਹੁੰਦੇ ਆ ਅੱਛੀ ਖੱਪ ਪਾਉਂਦੇ ਆ ਇਟਸ ਵੈਰੀ ਗੁੱਡ ਕਿਦਾਂ ਬਹੁਤ ਅੱਛੀ ਆ ਬਹੁਤ 11 ਦਾ ਕੈਚਅਪ ਦੇਖਿਆ ਤੁਹਾਨੂੰ ਕਿਵੇਂ ਦੀ ਲੱਗੀ ਬਹੁਤ ਮਸਤ ਗੁੱਡ ਵੈਰੀ ਗੁੱਡ ਬਹੁਤ ਬੜੀਆ ਮਜ਼ਾ ਆ ਗਿਆ ਕੋਈ ਬਾਲੀਵੁੱਡ ਫਿਲਮ ਨਹੀਂ ਬਾਲੀਵੁੱਡ ਫਿਲਮ ਬੱਲੇਵੁੱਡ ਸਭ ਤੋਂ ਵਧੀਆ ਕੈਰੈਕਟਰ ਤੁਹਾਨੂੰ ਕਿਹਦਾ ਲੱਗਿਆ ਕੈਰੈਕਟਰ ਸਾਨੂੰ ਤਾਂ ਪਿਕਚਰ ਹੀ ਇੰਨੀ ਅੱਛੀ ਲੱਗੀ ਨਾ ਮਤਲਬ ਪੂਰਾ ਇੰਜੋਏ ਕਰਕੇ ਆਏ ਤੁਸੀਂ ਫੁੱਲ ਲਾਈਟ ਮੂਵੀ ਹੈ ਜੀ ਸਭ ਦੀ ਐਕਟਿੰਗ ਬਹੁਤ ਵਧੀਆ ਹੈ ਮਤਲਬ ਬਹੁਤ ਇੰਜੋਏ ਕਰਾ ਮੈਂ ਪੰਜਾਬੀ ਮੂਵੀਜ਼ ਦੇਖਦੇ ਨਹੀਂ ਹੂੰ ਇਸ ਤੋਂ ਬਾਅਦ ਤੁਸੀਂ ਪੰਜਾਬੀ ਮੂਵੀ ਨੂੰ ਦੇਖਿਆ ਬਹੁਤ ਮਜ਼ਾ ਦੇਖਿਆ ਸੀ ਲੋਕਾਂ ਨੇ ਜੋਸ਼ ਦੇਖਿਆ ਤੇ ਆਪਦੇ ਬਾਰੇ ਇੰਨਾ ਅੱਛਾ ਸੁਣਿਆ ਤਾਂ ਬਹੁਤ ਅੱਛਾ ਲੱਗਿਆ ਤਿਹਾੜੀ ਸੰਧੂ ਸਾਡੇ ਨਾਲ ਸੀਗੇ ਹੀ ਬਟ ਅਸੀਂ ਨਾਲ ਕੁਝ ਬਾਲੀਵੁੱਡ ਮਿਕਸਚਰ ਕੀਤਾ ਬਾਲੀਵੁੱਡ ਦੇ ਨਾਲ ਅਸੀਂ ਵਰੁਣ ਨੂੰ ਲੈ ਕੇ ਆਏ ਨਾਲ ਫਿਰ ਅਸੀਂ ਉਹ ਤੋਂ ਅਨੀਤਾ ਹਸਨ ਅੰਦਾਨੀ ਲੈ ਕੇ ਆਏ ਕ੍ਰਿਤੀ ਪੋਪਟ ਨੂੰ ਲੈ ਕੇ ਆਏ ਫਿਰ ਯੋਵਿਕਾ ਚੌਧਰੀ ਸੋ ਉਹਦੇ ਦੇ ਜੋ ਕਿੰਗ ਸੀਗੇ ਜਸਵਿੰਦਰ ਭੱਲਾ ਜੀ ਤੇ ਬੀ ਐਨ ਸ਼ਰਮਾ ਜੀ ਤੇ ਉਹਨਾਂ ਨੂੰ ਅਸੀਂ ਇਕੱਠੇ ਜੋੜ ਕੇ ਤੇ ਨਾਲ ਸਾਡੇ ਰਾਣਾ ਜੀ ਤਿੰਨਾਂ ਨੂੰ ਜੋੜ ਕੇ ਇੱਕ ਬੜਾ ਅੱਛਾ ਇੱਕ ਅਸੀਂ ਸੰਗਮ ਬਣਾਇਆ ਤੇ ਮੈਨੂੰ ਇੱਕ ਅਸੀਂ ਬੜੀ ਮਾਡਰਨ ਜੀ ਫਿਲਮ ਬਣਾਈ ਹੈ ਯੂਥ ਵਾਸਤੇ ਸੋ ਦੈਟ ਤੁਹਾਨੂੰ ਅੱਛੀ ਲੱਗੇ ਤੇ ਤੁਸੀਂ ਇੰਜੋਏ ਕਰੋ ਇਹ ਦੇਖਣ ਤੋਂ ਬਾਅਦ ਤੁਹਾਨੂੰ ਐਂ ਲੱਗੇਗਾ ਕਿ ਅਸੀਂ ਦੋਸਤੀ ਜੀ ਹੈ ਤੇ ਦੋਸਤੀ ਬਾਹਰ ਜਾ ਕੇ ਦੋਸਤ ਨੂੰ ਫੋਨ ਕਰਨ ਨੂੰ ਦਿਲ ਕਰੇਗਾ ਦੱਸ ਇਹ ਕੁਐਸਚਨ ਡਾਇਰੈਕਟਰ ਤੋਂ ਪੁੱਛਦਾ ਪਿਆ ਮੂਵੀ ਦੇਖ ਕੇ ਕਿਵੇਂ ਲੱਗੀ ਹੈ ਥੈਂਕ ਯੂ ਮੈਮ ਸੋ ਮਚ ਕੋਸ਼ਿਸ਼ ਕੀਤੀ ਹੈ ਜੀ ਇੱਕ ਅੱਛੀ ਫਿਲਮ ਬਣਾਉਣੀ ਐਂਟਰਟੇਨਿੰਗ ਫਿਲਮ ਬਣਾਉਣ ਦੀ ਬਾਕੀ ਪਬਲਿਕ ਨੂੰ ਪਸੰਦ ਆਵੇ ਇਹੀ ਮੇਰੀ ਇੱਛਾ ਹੈ ਔਰ ਫਿਲਮ ਰਿਲੀਜ਼ ਹੋ ਚੁੱਕੀ ਹੈ ਤੁਸੀਂ ਆਪਣੇ ਨੇੜੇ ਸਿਨੇਮਾ ਘਰ ਜਾ ਕੇ ਦੇਖੋ ਮੂਵੀ ਨੂੰ ਪਸੰਦ ਕਰੋ ਪਿਆਰ ਦਿਓ ਤਾਂ ਕਿ ਇਸੇ ਤਰ੍ਹਾਂ ਅਸੀਂ ਹੋਰ ਫਿਲਮਾਂ ਬਣਾਈਏ ਮੈਨੂੰ 4 ਪੈਸੇ ਮਿਲਣ ਤੇ ਮੇਕਿੰਗ ਵਾਲਿਆਂ ਨੂੰ ਵੀ 4 ਤਾਂ ਹੀ ਮਿਲਣਗੇ ਜੇ ਫਿਲਮ ਚੱਲਦੀਆਂ ਰਹਿਣਗੀਆਂ